ਗੜਕੀ ਵਾਲਾ ਨੇ ਪਿੰਡ ਬੜਿਆਲਾ ਜਿੱਥੇ ਪਹੁੰਚੀ ਆ ਇੱਥੋਂ ਦਾ ਇੱਕ ਵਿਅਕਤੀ ਬਾਬਾ ਸਿੰਘ ਸਾਨੂੰ ਪਰਵੰਸ ਲਾਲ ਜੋ ਕਿ 10 ਸਾਲ ਤੋਂ ਬਿਮਾਰ ਆ ਕਿਡਨੀਆਂ ਤੇ ਗੁਰਦਿਆਂ ਦੇ ਦਿਲ ਗੁਰਦੇ ਕਰਕੇ ਤੇ ਬਿਮਾਰੀ ਦੇ ਨਾਲ ਲੜ ਰਿਹਾ ਆਓ ਅਸੀਂ ਉਹਨਾਂ ਦੇ ਨਾਲ ਵਿਚਾਰ ਸਾਂਝੇ ਕਰਦੇ ਹਾਂ ਦੋਵੇਂ ਗੁਰਦੇ ਖਰਾਬ ਹੈ ਮੈਂ 2007 ਤੋਂ 2007 ਤੋਂ ਬਲੰਸ ਬਿਠਿਆ ਵਾਂ ਅਤੇ ਹੁਣ 2014 ਵਿੱਚ ਜਾ ਕੇ ਮੈਨੂੰ ਅਟੈਕ ਹੋ ਗਿਆ ਸੀ ਉਦੋਂ ਵੀ 10-15 ਲੱਖ ਰੁਪਇਆ ਖਰਚਾ ਆਇਆ ਬੈਡ ਨੂੰ ਪਹਿਲਾਂ ਮਦਦ ਮੁਦਦ ਕਰਦੇ ਸੀ ਲੋਕ ਹੁਣ ਤਾਂ ਲੋਕਾਂ ਨੇ ਮਦਦ ਕਰਨੀ ਵੀ ਫਿਲਹਾਲ ਬੰਦ ਕਰਦੇ ਇਸ ਕਰਕੇ ਇਹਨਾਂ ਤੋਂ ਮਦਦ ਲੈਣੀ ਹਾਂ ਪਹਿਲਾਂ ਪਿੰਡ ਦੇ ਲੋਕਾਂ ਨੇ ਕਾਫੀ ਸਹਿਯੋਗ ਦਿੱਤਾ ਜੀ ਅਤੇ ਹੁਣ ਤਾਂ ਤਕਰੀਬਨ ਨਹੀਂ ਮਿਲ ਰਿਹਾ ਕਿਸੇ ਲੋਕ ਹੁਣ ਬਹੁਤ ਜ਼ਿਆਦਾ ਸਾਡੀ ਢਾਬੇ ਪੈਂਦੀ ਹੈਗੀ ਇਲਾਜ ਕਰਾਉਣਾ ਬਹੁਤ ਮੁਸ਼ਕਿਲ ਹੋ ਰਿਹਾ ਮਹੀਨੇ ਦਾ 35-40 ਹਜ਼ਾਰ ਰੁਪਇਆ ਖਰਚਾ ਦੋ ਵਾਰ ਡਾਇਲਸਿਸ ਚੱਲਦੇ ਆ 2014 ਤੋਂ ਸ਼ੁਰੂ ਹੋਇਆ 2014 ਦੇ ਅੱਗੇ ਜੀ ਉਸ ਤੋਂ ਬਾਅਦ 'ਚ ਲਗਾਤਾਰ ਚੱਲ ਰਹੀ ਹੈ 2 ਹਫ਼ਤੇ 2 ਵਾਰ 35-40 ਹਜ਼ਾਰ ਰੁਪਇਆ ਖਰਚਾ ਇੱਕ ਕਿਡਨੀ ਹੋਸਪਿਟਲ ਹੈ ਜਲੰਧਰ ਤੋਂ ਕੋਈ ਸਰਕਾਰੀ ਸਹੂਲਤ ਨਹੀਂ ਕਿਸੇ ਵੱਲੋਂ ਆਈ ਦਵਾਈ ਇਸ ਤਰ੍ਹਾਂ ਹੀ ਲਿਆਈਦੀ ਹੈ ਹੋਸਪਿਟਲ ਤੋਂ ਹੀ ਦਵਾਈ ਆ ਜਾਂਦੀ ਹੈ ਨਾਲ ਡਾਇਲਸਿਸ ਹੋ ਜਾਂਦੇ ਆ ਉਹਦੇ ਨਾਲ ਹੀ ਹੁਣ ਚੰਗੀ ਜ਼ਿਆਦਾ ਆ ਜਾਂਦੀ ਘਰ ਬਾਈ ਇਹ ਸਾਡੀ ਸਹਾਇਤਾ ਹੋ ਜਾਵੇ ਤੁਹਾਡੀ